किसान वीरो सत श्रीकाल, मैं रमनदीप सिंह टोंगाली। तुसी देख रहे हो यूट्यूब चैनल फार्मिंग ब्रेन। दोस्तों, अज की इस वीडियो दे विच आपां गल करांगे कि पराली दे मुद्दे दा आपां की हल कर सकते हैं, सरकार इहदा हल कर सकती है, किसान कर सकते हैं, जां फिर जिहड़ियां सबसिडियां दित्तियां जा रहियां उहदे ते संद मिल रहे आपां नूं, उहदे नाल आपां कोई हल कर सकते हैं। पूरी चर्चा आपां इस वीडियो दे विच करांगे। वीर प्रगट सिंह जी अपने नाल ने फसलां दी जानकारी तो यूट्यूब ते फेसबुक ते भी तुसी इहनां नूं फॉलो कर सकते हो। आओ दोस्तों शुरू करदे हां। सत श्रीकाल भाई। सत श्रीकाल जी। ਬਈ ਸਾਰੋਂ ਪਹਿਲਾਂ ਤਾਂ ਇਹ ਦੱਸਿਓ ਵੀ ਐਤ ਕੀ ਜੇ ਆਪਾਂ ਪਰਾਲੀ ਵਿੱਚ ਵਾਹੁੰਦੇ ਹੈਗੇ ਤਾਂ ਜਿਹੜੀ ਇਹ ਸੁੰਡੀਆਂ ਕਾਫੀ ਪੈ ਰਹੀਆਂ ਉਹ ਆਉਣਗੀਆਂ ਕਣਕ ਨੂੰ? ਨਹੀਂ ਬਈ, ਦੇਖੋ ਇਹ ਕਈ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਅਤੇ ਪੋਸਟਾਂ ਦੇ ਰੂਪ ਵਿੱਚ ਜਾਣਕਾਰੀ ਸਾਂਝੀ ਕਰਦਾ ਰਿਹਾ ਕਿ ਜਿੱਥੇ ਵੀ ਜ਼ਿਆਦਾ ਅਗੇਤੀ ਕਣਕ ਬੀਜੀ ਜਾਂਦੀ ਹੈ ਜੀ, ਪਰਾਲੀ ਖੇਤ ਦੇ ਵਿੱਚ ਭਾਵੇਂ ਵਾਹੀ ਜਾਂਦੀ ਹੈ ਭਾਵੇਂ ਉੱਤੇ ਉਹਦਾ ਟੋਕਾ ਕਰਕੇ ਰੱਖਿਆ ਜਾਂਦਾ, ਕਿਸੇ ਵੀ ਤਰੀਕੇ ਨਾਲ ਕਣਕ ਬੀਜੀ ਜਾਂਦੀ ਆ, ਤਾਂ ਜੇਕਰ ਤੁਹਾਡੇ ਖੇਤ ਦੇ ਵਿੱਚ ਮੁੰਜਰ ਕੱਟ ਸੁੰਡੀ ਐਕਟਿਵ ਹੈਗੀ ਆ ਤਾਂ ਇਹ ਸੁੰਡੀ ਅੱਗੇ ਤੁਹਾਡੇ ਖੇਤ ਦੇ ਵਿੱਚ ਪਣਪ ਸਕਦੀ ਆ, ਇਹਨੂੰ ਮਾਰਨਾ ਜ਼ਰੂਰੀ ਆ। ਤੁਹਾਡੇ ਖੇਤ ਦੇ ਵਿੱਚ ਇਹੀ ਸਿਰਫ ਖਤਰਾ ਬਣਦਾ, ਬਾਕੀ ਪਰਾਲੀ ਨੂੰ ਮੈਨੇਜ ਕਰਨਾ ਕੋਈ ਬਾਹਲਾ ਜ਼ਿਆਦਾ ਔਖਾ ਨਹੀਂ ਹੈਗਾ। ਔਖਾ ਉੱਥੇ ਆ ਜਿੱਥੇ ਤੁਹਾਡੀ ਝੋਨੇ ਦੀ ਕਟਾਈ ਲੇਟ ਹੋ ਰਹੀ ਹੈ, ਵਰਾਇਟੀ ਬਹੁਤ ਜ਼ਿਆਦਾ ਪਰਾਲੀ ਵਾਲੀ ਹੈ, ਪੀਲੀ ਪੂਛਾ ਜਾਂ ਕੋਈ ਹੋਰ ਵਰਾਇਟੀ ਲੱਗੀ ਹੋਈ ਹੈ ਜਿਹਦੀ ਜਿਹਨੂੰ ਬਿਮਾਰੀਆਂ ਵੀ ਬਹੁਤ ਜ਼ਿਆਦਾ ਆਈਆਂ ਹੋਈਆਂ, ਜਿੱਥੇ ਗੱਠਾਂ ਬਣਨ ਦਾ ਵੀ ਪ੍ਰਬੰਧ ਨਹੀਂ ਹੈਗਾ ਉੱਥੇ ਪਰਾਲੀ ਨੂੰ ਮੈਨੇਜ ਕਰਨਾ ਔਖਾ। ਜਿੱਥੇ ਗੱਠਾਂ ਬਣ ਸਕਦੀਆਂ, 20 ਨਵੰਬਰ ਤੱਕ ਕੋਈ ਵੀ ਵੱਡ ਕਣਕ ਦੀ ਜਿਹੜੀ ਬਿਜਾਈ ਆ ਉਹ ਲੇਟ ਨਹੀਂ ਹੈਗੀ, ਉਹਨੂੰ ਆਪਾਂ ਬੀਜ ਕੇ ਸਹੀ ਸਮੇਂ 'ਤੇ ਚੰਗਾ ਝਾੜ ਲੈ ਸਕਦੇ ਹਾਂ। ਪਰ ਜਿਹੜੀਆਂ ਬਿਜਾਈਆਂ ਕਿਸਾਨ 20 ਅਕਤੂਬਰ ਤੋਂ ਹੀ ਸ਼ੁਰੂ ਕਰ ਦਿੰਦੇ ਆ ਉਹ ਥੋੜ੍ਹੀਆਂ ਡੇਂਜਰ ਹੁੰਦੀਆਂ, ਜੇਕਰ ਅਰਲੀ ਦੇ ਵਿੱਚ ਜ਼ਿਆਦਾ ਟੈਂਪਰੇਚਰ ਵੱਧ ਜਾਂਦਾ, ਕਣਕਾਂ ਦੀ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਹੈ, 100 ਚੋਂ 90-95 ਦਾਣੇ ਉੱਗਰ ਆਉਂਦੇ ਆ, ਪਰ ਉੱਗਰਨ ਤੋਂ ਬਾਅਦ ਉਹ ਤੀਲਾ ਚੜ੍ਹ ਜਾਂਦੇ ਆ, ਡੰਡੀ ਚੜ੍ਹ ਜਾਂਦੇ ਆ, ਜਿਹਦੇ ਕਰਕੇ ਬੂਟਾ ਨਹੀਂ ਬਣਦਾ ਕਣਕ ਦਾ। ਪਰ ਜਿਹੜਾ ਸਹੀ ਮੌਸਮ ਆਪਾਂ ਪਿਛਲੇ 4-5 ਸਾਲਾਂ ਤੋਂ ਦੇਖ ਰਹੇ ਹਾਂ ਕਿ 5 ਨਵੰਬਰ ਤੋਂ 20 ਨਵੰਬਰ 15 ਨਵੰਬਰ ਤੱਕ ਜਿਹੜਾ ਗੋਲਡਨ ਟਾਈਮ ਪੀਰੀਅਡ ਆ ਕਣਕ ਦੀ ਬਿਜਾਈ ਦਾ, ਉਹਨੂੰ ਆਪਾਂ ਨੂੰ ਵਰਤਣਾ ਚਾਹੀਦਾ, ਭਾਵੇਂ ਝੋਨਾ ਆਪਣਾ ਅਕਤੂਬਰ ਦੇ ਸਟਾਰਟਿੰਗ 'ਚ ਵੱਢਿਆ ਗਿਆ ਭਾਵੇਂ ਅਕਤੂਬਰ ਦੇ ਐਂਡ 'ਚ ਵੱਢਿਆ ਗਿਆ। ਭਾਈ, ਪਰਾਲੀ ਦਾ ਹੱਲ ਕਰਨ ਦਾ ਤਰੀਕਾ ਕਿਹੜਾ ਹੈ ਬੈਸਟ? ਜੇ ਆਪਾਂ ਪਰਾਲੀ ਦੀ ਖਾਦ ਬਣਾਉਣੀ ਹੈ ਤੇ ਖਤਰਾ ਮੁੱਲ ਕੋਈ ਨਹੀਂ ਲੈਣਾ? ਦੇਖੋ, ਪਰਾਲੀ ਨੂੰ ਤਾਂ ਕਈ ਤਰੀਕਿਆਂ ਨਾਲ ਹੱਲ ਕੀਤਾ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ, ਆਪਾਂ ਸਿੱਧਾ ਹੀ ਆਪਾਂ ਇੱਕ ਆਮ ਭਾਸ਼ਾ 'ਚ ਕਹਿ ਦਿੰਦੇ, ਸਭ ਤੋਂ ਵਧੀਆ ਟਰੈਕਟਰ ਕਿਹੜਾ? ਕੋਈ ਵੀ ਟਰੈਕਟਰ ਮਾੜਾ ਨਹੀਂ ਅਤੇ ਸਭ ਤੋਂ ਵਧੀਆ ਵੀ ਕੋਈ ਵੀ ਟਰੈਕਟਰ ਨਹੀਂ ਹੈਗਾ, ਮਨਮੰਨੇ ਦੀ ਗੱਲ ਆ। ਆਪਾਂ ਖੇਤੀ ਵਾਸਤੇ ਵਰਤਦੇ ਹਾਂ ਟਰੈਕਟਰ ਨੂੰ, ਉਸੇ ਤਰੀਕੇ ਨਾਲ ਆਪਾਂ ਪਰਾਲੀ ਦਾ ਹੱਲ ਕਰਦੇ ਹਾਂ। ਜਿਹੜੇ ਏਰੀਏ ਦੇ ਵਿੱਚ ਜਿਹੜਾ ਵੀ ਹੱਲ ਢੁੱਕਵਾਂ, ਜਿੰਨੇ ਕੁ ਪੈਸਿਆਂ ਦੇ ਨਾਲ ਉਹ ਹੁੰਦਾ, ਜਿੰਨਾ ਕੁ ਲੋਕਾਂ ਨੂੰ ਉਹ ਚੰਗਾ ਲੱਗਦਾ, ਉਸ ਤਰੀਕੇ ਨਾਲ ਲੋਕ ਵਰਤ ਰਹੇ ਆ। ਪਰ ਜਿਹੜੇ ਟ੍ਰੈਡੀਸ਼ਨਲ ਤਰੀਕੇ ਸੀਗੇ, ਜਿਹਦੇ ਵਿੱਚ ਭਾਵੇਂ ਹੈਪੀ ਸੀਡਰ ਸੀਗਾ, ਸੁਪਰ ਸੀਡਰ ਸੀਗਾ, ਜਾਂ ਆਪਾਂ ਪਲਾਓ ਕਰਕੇ ਕਣਕ ਬੀਜਦੇ ਹਾਂ, ਜਾਂ ਹਰ ਇੱਕ ਤਰੀਕੇ ਦੇ ਵਿੱਚ ਇੱਕ ਟਾਈਮ ਜ਼ਰੂਰੀ ਆ। ਅਗਲੀ ਫਸਲ ਆਪਣੀ ਆਲੂ ਮਟਰਾਂ ਜਾਂ ਗਾਜਰਾਂ ਆਈਆਂ ਜਾਂ ਆਪਣੀ ਕਣਕ ਦੀ ਬਿਜਾਈ ਹੋਣੀ ਆ, ਉਸ 'ਤੇ ਡਿਪੈਂਡ ਕਰਦਾ, ਕਿਉਂਕਿ ਜਦੋਂ ਕਚਰਾ ਉੱਪਰਲੇ ਪਾਸੇ ਰੱਖਣਾ ਜਾਂ ਹੈਪੀ ਹੀਟਰ ਨਾਲ ਬਿਜਾਈ ਕਰਨੀ ਹੈ ਜਾਂ ਰੀਪਰ ਮਾਰ ਕੇ ਛਿੱਟਾ ਵਿਧੀ ਰਾਹੀਂ ਗਿਆਨ ਵਿਧੀ ਰਾਹੀਂ ਬਿਜਾਈ ਕਰਨੀ ਹੈ, ਆਪਾਂ ਮਲਚਿੰਗ ਤਰੀਕੇ ਦੇ ਨਾਲ ਕਣਕ ਬੀਜਣੀ ਆ, ਤਾਂ ਆਪਣੇ ਪੈਸੇ ਕੋਈ ਜ਼ਿਆਦਾ ਨਹੀਂ ਲੱਗਦੇ, ਪਰ ਰਿਸਕ ਹੈਗੀ ਹੈ ਇਹਨਾਂ ਕੰਮਾਂ ਦੇ ਵਿੱਚ, ਹਰੇਕ 'ਚ ਰਿਸਕ ਹੈਗੀ ਹੈ। ਹੈਪੀ ਸੀਡਰ ਆ ਜਿਹੜਾ ਉਹ ਵੀ ਸਾਰੇ ਏਰੀਏ 'ਚ ਕਾਮਯਾਬ ਨਹੀਂ, ਸੁਪਰ ਸੀਡਰ ਆ ਉਹ ਵੀ ਸਾਰੇ ਏਰੀਏ 'ਚ ਕਾਮਯਾਬ ਨਹੀਂ, ਹਰ ਇੱਕ ਨਵੇਂ ਸੰਦ ਨੂੰ ਲੈਣਾ ਜਿਹੜਾ ਕਿਸਾਨ ਆ ਉਹ ਵੀ ਯੋਗ ਨਹੀਂ ਹੈਗਾ। ਸੋ ਮੈਂ ਕਿਤੇ ਕਿਤੇ ਇਹ ਵੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਜਾਂ ਰੀਅਲਾਈਜ਼ ਕੀਤਾ ਖੁਦ ਵੀ, ਕਿਸਾਨਾਂ ਦੀ ਖੁਦ ਦੀ ਇਹ ਫੀਡਬੈਕ ਆ, ਇੱਕ ਜ਼ਿਆਦਾ ਵੱਡੀ ਗਿਣਤੀ ਕਿਸਾਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਜੇਕਰ ਦਿਨ ਬਾਏ ਦਿਨ ਸੰਦ ਆਉਂਦੇ ਰਹਿਣਗੇ ਤਾਂ ਆਪਣੀ ਕਿਸਾਨੀ ਜਿਹੜੀ ਉਹ ਇੱਕ ਘਾਟਿਆ ਸੌਦਾ ਬਣੇਗੀ। ਇਹਨੂੰ ਪ੍ਰਫੁੱਲਿਤ ਕਰਨ ਦੇ ਲਈ, ਮਸ਼ੀਨਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਜਿਹੜੀ ਸਰਕਾਰ ਆ ਉਹ ਸਬਸਿਡੀਆਂ ਦੇਣ ਦਾ ਕੰਮ ਚਲਾ ਰੱਖਿਆ ਹੈਗਾ, ਪਰ ਫਿਰ ਵੀ ਪਰਾਲੀ ਨੂੰ ਅੱਗ ਲੱਗਣ ਦੀ ਜਿਹੜੀ ਸਪੀਡ ਆ ਜਾਂ ਗਿਣਤੀ ਆ ਜਾਂ ਡਾਟਾ ਉਹ ਘੱਟ ਨਹੀਂ ਹੋ ਰਿਹਾ, ਉਹ ਹਮੇਸ਼ਾ ਬਰਾਬਰ ਜਾਂ ਵੱਧਦਾ ਜਾ ਰਿਹਾ। ਪਰ ਜਦੋਂ ਹੀ ਵੋਟ ਰਾਜ ਇਹ ਆਏ ਜਿਹੜੇ ਵੋਟਾਂ ਦਾ ਸਿਸਟਮ ਸ਼ੁਰੂ ਹੋ ਜਾਂਦਾ ਹੈਗਾ, ਪਰਾਲੀ ਇੱਕ ਮੁੱਦਾ ਬਣ ਕੇ ਰਹਿ ਜਾਂਦਾ। ਹਾਲਾਂਕਿ ਪੰਜਾਬ ਦਾ ਜੀਰੀ ਉਤਪਾਦਨ ਦੇ ਵਿੱਚ, ਝੋਨਾ ਉਤਪਾਦਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਵਾਈਜ਼ ਰੈਂਕ ਦੇਖੀਏ ਤਾਂ ਆਪਾਂ 3ਜਾ ਰੈਂਕ ਬਣਦਾ, ਆਪਣੇ ਨਾਲੋਂ ਵੀ ਵੱਧ ਝੋਨਾ ਵੈਸਟ ਬੰਗਾਲ 'ਚ ਲੱਗਦਾ, ਪੰਜਾਬ ਨਾਲੋਂ ਵੀ ਵੱਧ ਝੋਨਾ ਯੂਪੀ ਦੇ ਵਿੱਚ ਲੱਗਦਾ ਹੈਗਾ। ਉੱਥੋਂ ਕਦੇ ਵੀ ਪਰਾਲੀ ਦਾ ਅੱਗ ਲਾਉਣ ਦਾ ਮੁੱਦਾ ਨਹੀਂ ਬਣਦਾ ਹੈਗਾ, ਪੰਜਾਬ ਦਾ ਹੀ ਬਣਦਾ ਹੈਗਾ। ਉਹਦਾ ਇੱਕ ਕੁਦਰਤੀ ਕਾਰਨ ਇਹ ਵੀ ਹੈਗਾ ਕਿ ਜਦੋਂ ਵੀ ਪੰਜਾਬ ਦੀ ਜਾਂ ਹਰਿਆਣੇ ਦੀ ਕੁਛ ਬੈਲਟ ਦੇ ਵਿੱਚ ਜ਼ਿਆਦਾ ਅੱਗ ਲੱਗ ਜਾਂਦੀ ਆ, ਜਿਹਦਾ ਕੋਈ ਪੱਕੇ ਤੌਰ 'ਤੇ ਸਰਕਾਰ ਕੰਪਨਸੇਟ ਨਹੀਂ ਕਰਦੀ ਹੈਗੀ, ਅਤੇ ਉੱਤਰੋਂ ਹਵਾਵਾਂ ਜਿਹੜੀਆਂ ਉਹ ਵੀ ਪੱਛਮੀ ਹਵਾਵਾਂ ਚੱਲ ਰਹੀਆਂ ਹੁੰਦੀਆਂ ਅਤੇ ਧੂੰਆਂ ਦਿੱਲੀ ਵੱਲ ਜਾਣਾ ਸ਼ੁਰੂ ਹੋ ਜਾਂਦਾ। ਜਿਹੜਾ ਨੈਸ਼ਨਲ ਮੀਡੀਆ, ਮੇਨ ਸਟ੍ਰੀਮ ਮੀਡੀਆ, ਉਹ ਇਸ ਗੱਲ ਨੂੰ ਜ਼ਿਆਦਾ ਉਛਾਲ ਕੇ ਖੁਸ਼ ਹੁੰਦਾ ਕਿ ਦੇਖੋ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਸਬਸਿਡੀ ਲੈਣ ਤੋਂ ਬਾਅਦ ਵੀ ਅੱਗ ਲਾਉਣੀ ਨਹੀਂ ਬੰਦ ਕਰਦੇ। ਇਹ ਬੰਦ ਵੀ ਨਹੀਂ ਹੋਣੀ, ਕਿਉਂਕਿ ਜਿਸ ਕਿਸਾਨ ਨੇ ਠੇਕੇ 'ਤੇ ਜ਼ਮੀਨ ਲਈ ਹੈ ਉਹਨੂੰ ਸਿਰਫ 5-7 ਹਜ਼ਾਰ ਰੁਪਇਆ ਬਚਣਾ, ਉਸੇ 5-7 ਹਜ਼ਾਰ ਦੇ ਵਿੱਚੋਂ ਉਹਨੇ ਇਨਵੈਸਟਮੈਂਟ ਕਰਕੇ ਸੰਦ ਵੀ ਲੈਣਾ, ਉਸਨੇ
पराली नूं अग भी नहीं लाउणी हैगी, उहदे झाड़ की कोई श्योरिटी नहीं हैगी, अगले साल उस खेत की जिहड़ी उपजाऊ शक्ति वधूगी उहदा उहनूं खुद नूं कोई बेनीफिट नहीं हैगा। अगले साल वह खेत उहदे कोले आवेगा जां होर कोले जावेगा। लगभग जे 100 एकड़ की आपां खेती की गल करिए पंजाब दे विच, ते 70 खेत तां ठेके वाले ने, ठेके वाले खेतों के अग किवें रुकेगी। जिहड़े खेत पहला ही लोग नहीं अग ला रहे, कोई मशीनरी नहीं लै रहे, यह जे लोगों नू एप्रीशिएट करन दी लोड़ा, क्योंकि किसान खुद आप बहुत ज़्यादा सूझवान आ। कोई मैं मशीनरी लैनी है, मैं यूज़ करनी है, वह कितों घट कीमत की मिलेगी, वधिया चलन वाली मिलेगी, मैनू हैवी इंप्लीमेंट चाहिए, लाइट इंप्लीमेंट चाहिए, तुसी किराए का काम करना, मैं घर वास्ते चलाना, तो अपने खरीद कर जी सोच आ, अपने खरीद कर जी तकनीक आ जां पहचान आ वह अलग अलग होगी, अपनी इनवैसटमेंट भी अलग अलग होगी। जिहड़ा संद मैं 2 लाख का लिया, हो सकता तुसी वह संद 2.5 लाख का लैके खुश होगा, क्योंकि तुसी उहनूं हैवी ड्यूटी ते चलाउणा। पर जदों सरकार एक रेट फिक्स कर दिंदी है, एक फर्मां दी लिस्ट फिक्स कर दिंदी है, तां फिर इह थोड़ा जिहा करप्शन वाला मुद्दा बन जांदा, इहदे विच किसानां दा बेनीफिट नहीं हुंदा हैगा। ते बई इह जिहा पराली च हुंदा की हैगा, तुसी काफ़ी समय दा कह रहे हो वी पराली तों खाद बनाई जावे, हांजी, जिहदे नाल आपणा कणक दा वी झाड़ वधू ते अगे झोने दा वी झाड़ वधूगा। ਇਹੋ ਜਿਹਾ ਪਰਾਲੀ ਦੇ ਵਿੱਚ ਹੁੰਦਾ ਕੀ ਹੈ? ਦੇਖੋ, ਪਰਾਲੀ ਦੇ ਵਿੱਚ ਉਹ ਸਾਰੇ ਹੀ ਜਿਹੜੇ ਨਿਊਟਰੀਐਂਟ ਮੌਜੂਦ ਹੁੰਦੇ ਆ, ਜਿਹੜਾ ਝੋਨਾ ਆਪਣੇ ਖੇਤ ਦੇ ਵਿੱਚੋਂ ਅਪਟੇਕ ਕਰਦਾ, ਭਾਵੇਂ ਆਪਾਂ ਛੋਟੀਆਂ ਵੱਡੀਆਂ ਥੈਲੀਆਂ, 5 ਕਿਲੋ ਵਾਲੀ ਥੈਲੀ, 50 ਕਿਲੋ ਵਾਲਾ ਗੱਟਾ, ਇਹੋ ਜਿਹਾ ਸਮਾਨ ਆਪਾਂ ਪਾਉਂਦੇ ਹਾਂ। ਬਰਸਾਤਾਂ ਰਾਹੀਂ ਵੀ ਮਟੀਰੀਅਲ ਆਉਂਦਾ ਹੈਗਾ, ਕੁਦਰਤ ਵੀ ਆਪਾਂ ਨੂੰ ਆਪਦੀ ਆਪਣੀ ਬੁੱਕਲ ਦੇ ਵਿੱਚ ਬਹੁਤ ਮਟੀਰੀਅਲ ਪਾ ਕੇ ਜਾਂਦੀ ਆ। ਆਪਾਂ ਨਹਿਰੀ ਪਾਣੀ ਵੀ ਲਾਉਂਦੇ ਹਾਂ, ਆਪਣੇ ਖੇਤ ਦੇ ਵਿੱਚ ਕੁਦਰਤੀ ਤਾਕਤ ਪਹਿਲਾਂ ਵੀ ਨਿਊਟ੍ਰੀਐਂਟ ਦੇ ਰੂਪ ਵਿੱਚ ਮੌਜੂਦ ਪਈ ਹੁੰਦੀ ਆ। ਆਪਾਂ ਜਦੋਂ ਫਸਲ ਵੱਢ ਲੈਂਦੇ ਹਾਂ, ਸਿਰਫ ਦਾਣੇ ਬਾਹਰ ਆਉਂਦੇ ਆ, ਬਾਕੀ ਮੁੰਜਰਾਂ ਦੀਆਂ ਲਾਗਰਾਂ ਅਤੇ ਸਾਰਾ ਸਟਬਲ, ਪੱਤੇ ਅਤੇ ਟਾਹਣੀਆਂ, ਸਾਰਾ ਝੋਨੇ ਦਾ ਉੱਥੇ ਹੀ ਪਿਆ ਹੁੰਦਾ। ਉਹਦੇ ਵਿੱਚ ਜਿਹੜੇ ਵੀ ਉਹਨੇ ਆਪਦੇ ਆਪ ਨੂੰ ਵਿਕਾਸ ਕਰਨ ਦੇ ਲਈ ਜ਼ਰੂਰੀ ਤੱਤ ਗ੍ਰਹਿਣ ਕੀਤੇ ਆ, ਉਹ ਸਾਰੇ ਹੀ ਡੀਕੰਪੋਜ ਹੋ ਕੇ ਆਪਣੀ ਮਿੱਟੀ ਦੇ ਵਿੱਚ ਦੁਬਾਰਾ ਵਾਪਸ ਜਾਣੇ ਹੁੰਦੇ ਆ। ਅਤੇ ਇਹਨਾਂ ਨੂੰ ਦੁਬਾਰਾ ਮਿੱਟੀ ਤੋਂ ਹੀ ਉਹ ਚੀਜ਼ਾਂ ਲਈਆਂ ਹੈਗੀਆਂ, ਦੁਬਾਰਾ ਮਿੱਟੀ ਬਣਾਉਣ ਵਾਸਤੇ ਵੀ ਆਪਾਂ ਨੂੰ ਕੁਦਰਤ ਦੀ ਹੀ ਮਦਦ ਚਾਹੀਦੀ ਹੈ। ਕਿਸੇ ਕੈਮੀਕਲ ਦੇ ਨਾਲ ਇਹਨੂੰ ਡੀਕੰਪੋਜ ਨਹੀਂ ਕੀਤਾ ਜਾ ਸਕਦਾ, ਬੈਕਟੀਰੀਆ ਦੀ ਮਦਦ ਦੇ ਨਾਲ, ਮਾਈਕਰੋ ਔਰਗਨਿਜ਼ਮ ਦੀ ਮਦਦ ਦੇ ਨਾਲ ਇਹਨੂੰ ਡੀਕੰਪੋਜ ਕਰਨਾ ਕੁਦਰਤ ਨੇ, ਨਾ ਹੀ ਆਪਾਂ ਨੂੰ ਪੁੱਛ ਕੇ ਕਰਨਾ ਅਤੇ ਨਾ ਹੀ ਉਹ ਆਪਣੀ ਮਰਜ਼ੀ ਦੇ ਨਾਲ ਕਰਨਾ। ਪਰ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਇਹ ਸਰਕਲ ਨੂੰ ਮੇਨਟੇਨ ਕਰਨਾ ਪਊਗਾ ਕਿ ਜਿਹੜੀ ਪਰਾਲੀ ਅੱਜ ਆਪਾਂ ਅੱਗ ਲਾ ਰਹੇ ਹਾਂ ਜਾਂ ਆਪਾਂ ਬਾਹਰ ਕੱਢ ਦਿੰਦੇ ਹਾਂ, ਉਹ ਇੱਕ ਅਸਿੱਧੇ ਰੂਪ ਦੇ ਵਿੱਚ ਆਪਣੇ ਖੇਤ ਦੀ ਤਾਕਤ ਲੈ ਕੇ ਚਲੀ ਜਾਂਦੀ ਹੈ। ਜਦੋਂ ਆਪਾਂ ਨੂੰ ਆਪਾਂ ਖੇਤ ਦੇ ਵਿੱਚ ਚਾਹੇ ਤਾਂ ਵਾਹੁੰਦੇ ਹਾਂ, ਚਾਹੇ ਆਪਾਂ ਉਹਨੂੰ ਉੱਪਰ ਹੈਪੀ ਸੀਡਰ ਦੇ ਨਾਲ ਉੱਪਰਲੇ ਪਾਸੇ ਰੱਖਦੇ ਹਾਂ, ਜਿਹੜਾ ਕਿ ਬੈਸਟ ਤਰੀਕਾ, ਜਾਂ ਮਲਚਿੰਗ ਵਾਲੀ ਤਰੀਕੇ ਦੇ ਨਾਲ ਕਣਕ ਆਪਾਂ ਬਿਜਾਈ ਕਰਦੇ ਹਾਂ, ਮਲਚ ਕਰਨ ਦੇ ਲਈ ਆਪਾਂ ਆਪਣੇ ਖੇਤ ਦੇ ਵਿੱਚ ਅਗਲੀ ਫਸਲ ਨੂੰ ਪਾਲਣ ਪੋਸ਼ਣ ਦੇ ਲਈ ਉਹਨੂੰ ਵਰਤਦੇ ਹਾਂ, ਤਾਂ ਜਿਹੜੇ ਵੀ ਉਹਦੇ ਨਿਊਟ੍ਰੀਐਂਟ ਹੈਗੇ ਆ ਉਹ ਇੱਕ ਕੁਦਰਤੀ ਹਾਲਾਤਾਂ ਦੇ ਵਿੱਚ ਡੀਕੰਪੋਜ਼ ਹੋਣਗੇ, ਜਿਹਦੇ ਵਿੱਚੋਂ ਯੂਰੀਆ ਵੀ ਨਿਕਲਣਾ, DAP ਵੀ ਨਿਕਲੂਗੀ, ਪੋਟਾਸ਼ ਵੀ ਨਿਕਲੂ, ਸਿਲੀਕੋਨ, ਸਲਫਰ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਸਭ ਕੁਛ ਹੀ ਜਿਹੜਾ ਉਹਦੇ ਵਿੱਚ ਮੌਜੂਦ ਆ ਕੁਦਰਤ ਨੇ ਪਾਇਆ, ਉਹ ਸਾਰਾ ਹੀ ਡੀਕੰਪੋਜ਼ ਹੋ ਕੇ ਆਪਣੇ ਖੇਤ ਦੇ ਵਿੱਚ ਆਉਣਾ। ਪਰ ਇੱਥੇ ਇੱਕ ਖਤਰਾ ਰਹਿੰਦਾ ਕਿ ਜਿਹੜੇ ਖੇਤ ਦੇ ਵਿੱਚ ਸੀਥ ਬਲੈਡ ਜ਼ਿਆਦਾ ਆਈ ਆ, ਨੈੱਕ ਬਲਾਸ ਜ਼ਿਆਦਾ ਆਈ ਆ, ਫਾਲ ਸਮੱਟ, ਲੂਜ਼ ਸਮੱਟ ਜਾਂ ਜਿੰਨੇ ਵੀ ਤਰ੍ਹਾਂ ਦੇ ਸਮੱਟ ਹੈਗੇ ਆ, ਉਹ ਆਪਣੇ ਖੇਤ ਦੇ ਵਿੱਚ ਜੇ ਐਕਟਿਵ ਹੋ ਗਏ ਤਾਂ ਕਿਵੇਂ ਉਹਨਾਂ ਤੋਂ ਅਗਲੇ ਅਗਲੇ ਛੁਟਕਾਰਾ ਪਾਇਆ ਜਾਊਗਾ? ਤਾਂ ਇੱਥੇ ਇੱਕ ਬੜਾ ਆਪਾਂ ਨੂੰ ਕੁਦਰਤ ਨੇ ਇੱਕ ਟਾਈਮ ਦਿੱਤਾ ਹੋਇਆ ਕਿ ਕਣਕ ਵੱਢਣ ਤੋਂ ਬਾਅਦ ਅਤੇ ਝੋਨਾ ਲਾਉਣ ਤੋਂ ਪਹਿਲਾਂ ਜਿੰਨਾ ਵੀ ਸਮਾਂ ਬਚਦਾ ਖੇਤ ਨੂੰ ਹੀਟ ਦਿੱਤੀ ਜਾਵੇ, ਖੇਤ ਨੂੰ ਸੁੱਕਾ ਵਾਹਿਆ ਜਾਵੇ, ਉਹਦੇ ਵਿੱਚ ਗਰਮ ਹਵਾਵਾਂ ਦਾ ਤਾਲਮੇਲ ਵਧੇ ਤਾਂ ਕਿ ਉਹ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਸਕਣ। ਨਹੀਂ ਤਾਂ ਜੇਕਰ ਆਪਾਂ ਖੇਤ ਨੂੰ ਰੈਸਟ ਵੀ ਨਹੀਂ ਦਿਵਾਉਂਦੇ, ਸੁੱਕਾ ਵੀ ਨਹੀਂ ਪਾਉਂਦੇ ਹੈਗੇ, ਤਾਂ ਜਿਹੜੀ ਆਪਣਾ ਫਾਇਦਾ ਹੋਣਾ ਸੀ ਪਰਾਲੀ ਦੇ ਕਰਕੇ ਕਿ ਆਪਣੇ ਖੇਤ ਦੀ ਪਾਵਰ ਵਧਣੀ ਸੀਗੀ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਖਾਦਾਂ ਦੀ ਵਰਤੋਂ ਘੱਟ ਕਰਕੇ ਚੰਗੇ ਝਾੜ ਲੈਣੇ ਸੀ, ਤਾਂ ਉਹ ਪੋਸੀਬਲ ਨਹੀਂ ਹੋਣਾ ਹੈਗਾ, ਕਿਉਂਕਿ ਸਿਰਫ ਕਣਕ ਝੋਨੇ ਦੇ ਸਰਕਲ ਦੇ ਵਿੱਚ ਹੀ ਇੱਕ ਖੇਤ ਨੂੰ ਰੈਸਟ ਮਿਲਦੀ ਆ, ਨਰਮੇ ਕਣਕ ਦੇ ਸਰਕਲ ਦੇ ਵਿੱਚ ਰੈਸਟ ਨਹੀਂ ਮਿਲਦੀ ਹੈਗੀ, ਸਰੋਂ ਅਤੇ ਨਰਮੇ ਦੇ ਸਰਕਲ ਦੇ ਵਿੱਚ ਵੀ ਖੇਤ ਨੂੰ ਰੈਸਟ ਮਿਲ ਜਾਂਦੀ ਹੈ, ਜਦੋਂ ਵੀ ਰੈਸਟ ਮਿਲਦੀ ਆ ਉਦੋਂ ਅਗਲੀ ਫਸਲ ਦਾ ਝਾੜ ਵੱਧਦਾ, ਬਿਮਾਰੀਆਂ ਘੱਟਦੀਆਂ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਨੂੰ ਗਰਮੀ ਦੇ ਵਿੱਚ ਸੁੱਕੀ ਵਹਾਈ ਨੂੰ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ, ਨਾ ਕਿ ਲੇਜ਼ਰ ਲਾਉਣ ਦੇ ਬਹਾਨੇ ਠੰਡੇ ਪਾਣੀ ਨਾਲ ਖੇਤਾਂ ਨੂੰ ਭਰਨਾ ਚਾਹੀਦਾ। ਅਤੇ ਬਈ ਜੇਕਰ ਆਪਾਂ ਗੱਲ ਕਰੀਏ ਸਿੱਧੀ ਅਤੇ ਸਪਸ਼ਟ ਜੀ, ਕਿਸਾਨਾਂ ਨੂੰ ਚਾਹੀਦਾ ਝਾੜ ਵੱਧ। ਹਾਂਜੀ, ਜਿਹੜੇ ਕਿਸਾਨਾਂ ਨੇ ਪਰਾਲੀ ਵਿੱਚ ਵਾਹ ਰਹੇ ਆ, ਕੋਈ ਸਾਲ ਦਾ, ਕੋਈ 5 ਸਾਲ ਦਾ, ਕੋਈ 2 ਸਾਲ ਦਾ, ਕੀ ਫਰਕ ਪਿਆ ਉਹਨਾਂ ਨਾਲ? ਦੇਖੋ, ਝਾੜ ਵੱਧ ਮੈਂ ਇੱਥੇ ਮੈਟਰ ਕਰਦਾ ਵੀ ਤੁਹਾਡੀ 5 ਸਾਲਾਂ ਦੀ ਜਿਹੜੀ ਇਕਨੋਮਿਕਸ ਆ ਉਹ ਅੱਗੇ ਟੱਪਣੀ ਚਾਹੀਦੀ ਆ,
ਤੁਹਾਡਾ ਝਾੜ 70 ਮਣ ਆ ਰਿਹਾ, ਮੇਰਾ ਝਾੜ 65 ਮਣ ਆ ਰਿਹਾ। ਤੁਹਾਡਾ ਪਹਿਲੇ 3 ਸਾਲ 70 ਮਣ ਝਾੜ ਆਇਆ, ਉਦੋਂ ਬਾਅਦ ਤੁਸੀਂ 50 ਤੇ ਆ ਗਏ, ਮੇਰਾ 5 ਸਾਲ ਹੀ 65 ਮਣ ਝਾੜ ਆਇਆ, ਤਾਂ ਮੈਂ ਤੁਹਾਡੇ ਨਾਲੋਂ ਅੱਗੇ ਚਲਾ ਜਾਵਾਂਗਾ। ਇਹ ਸਾਰੇ ਹੀ ਇਸ ਫਾਰਮਰ ਜਿਹੜੇ ਹੈਗੇ ਆ, ਜਿਵੇਂ ਜਿਵੇਂ ਠੇਕਾ ਵੱਧ ਰਿਹਾ, ਇਹ ਦੌੜ ਵੀ ਵੱਧ ਰਹੀ ਆ ਵੀ ਮੈਂ ਝੋਨਾ ਵੀ 90 ਗੱਟੇ ਕੱਢਾਂ ਅਤੇ ਕਣਕ ਵੀ ਮੈਂ 70 ਮਣ ਕੱਢਾਂ, ਤਾਂ ਇਹ ਦੌੜ ਕਿਤੇ ਨਾ ਕਿਤੇ ਆਪਾਂ ਨੂੰ ਪਿੱਛੇ ਵੱਲ ਸਿੱਟ ਰਹੀ ਹੈ ਕੱਢ ਕੇ, ਅਤੇ ਇਹ ਦੌੜ ਆਪਣੇ ਲਈ ਘਾਟੇ ਦਾ ਜਿਹੜਾ ਇੱਕ ਰੂਪ ਬਣੀ ਹੋਈ ਹੈ ਕਿ ਆਪਾਂ ਅੱਗੇ ਜਾ ਕੇ ਇਸ ਸਮੱਸਿਆ ਦੇ ਉੱਤੇ ਹੱਲ ਨਹੀਂ ਕਰ ਪਾਵਾਂਗੇ। ਜਿੰਨੇ ਵੀ ਤਰੀਕਿਆਂ ਦੇ ਨਾਲ ਖੇਤੀ ਹੋ ਰਹੀ ਹੈ, ਜੇਕਰ ਆਪਾਂ ਉਹਦੇ ਵਿੱਚ ਖਰਚੇ ਘਟਾਵਾਂਗੇ, ਆਪਣੇ ਖੇਤਾਂ ਦੇ ਹਿਸਾਬ ਨਾਲ ਆਪਾਂ ਝਾੜ ਲੈਣ ਦੀ ਕੋਸ਼ਿਸ਼ ਕਰਾਂਗੇ, ਧੱਕੇ ਨਾਲ ਆਪਾਂ 2 ਸਾਲ ਤੱਕ ਧੱਕਾ ਕਰ ਸਕਦੇ ਹਾਂ ਜ਼ਮੀਨ ਦੇ ਨਾਲ, ਇਸ ਤੋਂ ਵੱਧ ਨਹੀਂ। ਇਸੇ ਕਰਕੇ ਠੇਕੇ ਵਾਲੀਆਂ ਜ਼ਮੀਨਾਂ ਦੇ ਵਿੱਚ ਖਤਰਾ ਹਮੇਸ਼ਾ ਵੱਧਦਾ ਜਾ ਰਿਹਾ। ਉੱਥੇ ਹੋਪਰ ਦੀ ਸਮੱਸਿਆ, ਉੱਥੇ ਸੀਥ ਬਲੈਡ ਦੀ ਸਮੱਸਿਆ, ਉੱਥੇ ਹੋਰ ਬਿਮਾਰੀਆਂ ਦਾ ਜਿਹੜਾ ਆਉਣਾ, ਨੈੱਕ ਬਲਾਸ ਦੀ ਸਮੱਸਿਆ, ਉਹ ਹਮੇਸ਼ਾ ਆਉਣ ਵਾਲੇ ਸਾਲਾਂ ਦੇ ਵਿੱਚ ਵੱਧਦੀ ਜਾ ਰਹੀ ਹੈ। ਕਾਰਨ ਇਹੀ ਆ ਕਿ ਓਵਰਡੋਜ਼ ਪੈਸਟੀਸਾਈਡ ਦੀ ਯੂਜ਼ ਹੋ ਰਹੀ ਹੈ, ਅਤੇ ਕਿਸੇ ਵੀ ਤਰੀਕੇ ਦੇ ਨਾਲ ਖੇਤ ਦੀ ਜਿਹੜੀ ਔਰਗੈਨਿਕ ਪਾਵਰ ਆ ਉਹ ਨਹੀਂ ਵੱਧ ਰਹੀ ਹੈਗੀ। ਅਤੇ ਬਾਈ ਬੀਜ ਆ ਜਿਹੜਾ ਉਹਨਾਂ ਦੀ ਮਿਕਦਾਰ ਥੋੜ੍ਹੀ ਆਪਾਂ ਨੂੰ ਵਧਾਉਣੀ ਪਊਗੀ ਜਿੱਥੇ ਆਪਾਂ ਪਰਾਲੀ ਵਿੱਚ ਖਾਦ ਬਣਾ ਰਹੇ ਹਾਂ ਪਰਾਲੀ ਨੂੰ। ਦੇਖੋ ਕਈ ਤਰੀਕਿਆਂ ਦੇ, ਜੇ ਆਪਾਂ ਕਣਕ ਬਿਜਾਈ ਦੀ ਗੱਲਬਾਤ ਕਰੀਏ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਲਈ ਅਗਲੀ ਫਸਲ ਲਗਭਗ 80% ਫਾਰਮਰਾਂ ਦੀ ਕਣਕ ਹੀ ਹੁੰਦੀ ਆ। ਕਣਕ ਨੂੰ ਬਿਜਾਈ ਕਰਨ ਦੇ ਕਈ ਤਰੀਕੇ ਆ। ਜੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ, ਤੁਹਾਡੇ ਕੋਲ ਸਮਾਂ ਬਚਿਆ ਹੋਇਆ, ਅਕਤੂਬਰ ਦਾ ਮਹੀਨਾ ਤੁਹਾਡੇ ਕੋਲ ਪੂਰਾ ਹੀ ਖੇਤ ਝੋਨਾ ਵੱਢਣ ਤੋਂ ਬਾਅਦ ਖਾਲੀ ਪਿਆ ਹੈਗਾ, ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਉਹਨੂੰ ਮਲਚਰ ਕਰਕੇ ਪਲਾਉ ਕਰ ਸਕਦੇ ਹੋ। ਪਰ ਇਹ ਇਸ ਚੀਜ਼ ਦੇ ਨਾਲ ਮੈਂ ਬਹੁਤਾ ਸਹਿਮਤ ਨਹੀਂ ਹੁੰਦਾ ਕਿ ਜਦੋਂ ਵੀ ਆਪਾਂ ਗੈਰ ਕੁਦਰਤੀ ਤਰੀਕੇ ਦੇ ਨਾਲ ਪਰਾਲੀ, ਗਿੱਲੀ ਪਰਾਲੀ ਨੂੰ ਕੁਤਰਾ ਕਰਕੇ ਆਪਾਂ ਪਲਾਓ ਦੇ ਨਾਲ ਉਹਨੂੰ ਥੱਲੇ ਮਿੱਟੀ ਦੇ ਭੇਜਦੇ ਅਤੇ ਉੱਤੋਂ ਮਿੱਟੀ ਪ੍ਰੈੱਸ ਕਰਦੇ ਹਾਂ, ਰੋਟਾਵੇਟ ਕਰਦੇ ਹਾਂ, ਡਰਿੱਲ ਕਰਾਂਗੇ, ਅਗਲੀ ਫਸਲ ਬੀਜਾਂਗੇ, ਪਾਣੀ ਲਾਵਾਂਗੇ, ਤਾਂ ਜਿਹੜੀਆਂ ਥੱਲਿਓਂ ਗੈਸਾਂ ਪੈਦਾ ਹੋਣਗੀਆਂ ਉਹ ਕਦੇ ਨਾ ਕਦੇ ਫਸਲ ਨੂੰ ਖਰਾਬ ਕਰ ਸਕਦੀਆਂ। ਪਰ ਕਦੇ ਵੀ ਕਿਸਾਨਾਂ ਦੇ ਖੇਤਾਂ ਵਿੱਚ ਇਹ ਖਤਰਾ ਨਹੀਂ ਦੇਖਿਆ ਗਿਆ। ਸਾਇੰਟੀਫਿਕਲੀ ਇਹ ਗੱਲ ਨੂੰ ਮੰਨਣਾ ਜਿਹੜਾ ਹੈਗਾ ਸਾਇੰਟਿਸਟ ਦਾ, ਕਿ ਗੈਸਾਂ ਜਿਹੜੀਆਂ ਮਿਥੇਨ ਦੇ ਰੂਪ ਵਿੱਚ ਬਾਹਰ ਨਿਕਲਦੀਆਂ ਉਹ ਫਸਲ ਨੂੰ ਡੈਮੇਜ ਕਰਦੀਆਂ ਹੈਗੀਆਂ, ਫਸਲ ਨੂੰ ਸਟ੍ਰੈਸ ਕ੍ਰੀਏਟ ਕਰਦੀਆਂ ਹੈਗੀਆਂ। ਪਰ ਜਦੋਂ ਆਪਾਂ ਫਸਲ ਦੇ ਝੋਨੇ ਵਾਲੀ ਫਸਲ ਦੀ ਪਰਾਲੀ ਨੂੰ ਆਪਾਂ ਨੇ ਡੀਕੰਪੋਜ਼ ਕਰਨਾ ਜਾਂ ਫਸਲ ਦੇ ਅਵਸ਼ੇਸ਼ ਨੂੰ, ਪਰਾਲੀ ਨੂੰ ਆਪਾਂ ਕੁਤਰਾ ਕਰਕੇ ਧਰਤੀ ਦੇ ਉੱਤੇ ਹੀ ਰੱਖਣਾ ਹੈਗਾ, ਫਿਰ ਕੋਈ ਬਾਹਲੀ ਵੱਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਜਿਹੜੇ ਤਰੀਕੇ ਆ ਵੱਖੋ ਵੱਖਰੇ, ਜਿਵੇਂ ਮਲਚਿੰਗ ਵਾਲਾ ਤਰੀਕਾ, ਉਹਦੇ ਵਿੱਚ 35 ਤੋਂ 40 ਕਿਲੋ ਤੱਕ ਦਾ ਬੀਜ ਹੈ, ਬਸ ਉਹਦੇ ਵਿੱਚ ਜਿਹੜੇ 2-3 ਖਤਰੇ ਆ ਉਹਨਾਂ 'ਤੇ ਆਪਾਂ ਨੂੰ ਪਹਿਰਾ ਦੇਣ ਦੀ ਲੋੜ ਆ। ਉਹਦਾ 3 ਹੀ ਮੇਨ ਜ਼ਿਆਦਾ ਖਤਰੇ ਆ ਉਸ ਤਰੀਕੇ ਦੇ ਨਾਲ ਕਣਕ ਜੇਕਰ ਬੀਜਣੀ ਹੈ, ਕਿ ਬੀ ਇੱਕ ਸਰ ਛਿੱਟਾ ਆਉਣਾ ਚਾਹੀਦਾ, 2-3 ਛਿੱਟਿਆਂ ਰਾਹੀਂ ਪਾ ਲਓ, ਸੱਜਿਓ ਖੱਬੇ ਅਤੇ ਚੜ੍ਹਦੇ ਸ਼ਿਵਦੇ ਤੁਸੀਂ ਛਿੱਟਾ ਮਾਰੋਗੇ ਤਾਂ ਵਧੀਆ ਤਰੀਕੇ ਨਾਲ ਛਿੱਟਾ ਵੱਜ ਜਾਂਦਾ। ਖਾਦ ਦਾ ਵੀ ਇਸੇ ਤਰੀਕੇ ਨਾਲ ਕਰਨਾ। ਉਸ ਤੋਂ ਬਾਅਦ ਜਿਹੜੀ ਪਰਾਲੀ ਤੁਸੀਂ ਮਲਚਰ ਨਾਲ ਵੱਢੋਗੇ ਜਾਂ ਤੁਸੀਂ ਟੋਕੇ ਦੇ ਨਾਲ, ਤਾਂ ਉਸ ਤੋਂ ਬਾਅਦ ਵੀ ਪਰਾਲੀ ਇੱਕ ਵਾਰ ਜਿੱਥੇ ਜ਼ਿਆਦਾ ਢੇਰ ਲੱਗਿਆ ਖਿਲਾਰਨੀ ਪਊਗੀ, ਪਾਣੀ ਤੁਹਾਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਲਾਉਣਾ ਪਊ। 3 ਪਹਿਲੂਆਂ 'ਤੇ ਤੁਸੀਂ ਕੰਮ ਕਰ ਲਓਗੇ, ਕਣਕ ਸਹੀ ਜਰਮੀਨੇਸ਼ਨ ਹੋ ਜੂਗੀ। ਜੇਕਰ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਦੇ ਹੋ ਤਾਂ ਬੀਜ ਜਿਹੜਾ ਤੁਸੀਂ ਉਹ ਘੱਟੋ ਘੱਟ 50 ਕਿਲੋ ਵਰਤੋ, ਕਿਉਂਕਿ ਉਹਦੇ ਵਿੱਚ ਸੀਡ ਜਰਮੀਨੇਸ਼ਨ ਲੋਸ ਹੋ ਜਾਂਦਾ। ਜਿੱਥੇ ਆਪਾਂ ਝੋਨੇ ਵਾਲੀ ਗਿੱਲ 'ਤੇ ਕਣਕ ਨੂੰ ਬਿਜਾਈ ਕਰਨਾ, ਉੱਥੇ ਕਈ ਵਾਰ ਖੇਤਾਂ ਦੇ ਵਿੱਚ ਧੌੜੀਆਂ ਹੁੰਦੀਆਂ, ਜਿਹੜੀ ਗਿੱਲ ਆ ਉਹ ਇੱਕ ਸਮਾਨ ਨਹੀਂ ਹੁੰਦੀ ਹੈਗੀ, ਅਤੇ ਉੱਥੇ ਜਾ ਕੇ ਦਿੱਕਤ ਆਉਂਦੀ ਆ ਕਿ ਸਹੀ ਤਰੀਕੇ ਦੇ ਨਾਲ ਉਗਰਾ ਨਹੀਂ ਹੁੰਦਾ, ਜਾਂ ਪਹਿਲੇ ਪਾਣੀ 'ਤੇ ਜਾ ਕੇ ਕਣਕ ਉਗਰਦੀ ਆ ਫਿਰ ਦਿੱਕਤ ਆ ਜਾਂਦੀ ਹੈ। ਸੋ ਉੱਥੇ ਜਿਹੜਾ ਬੀ ਆ ਉਹ ਵਰਤ ਲੈਣਾ ਚਾਹੀਦਾ, ਚੰਗੀ ਮਾਤਰਾ ਬੀ ਦੀ ਜਿਹੜਾ ਭਾਰਾ ਬੀ ਆ ਉਹ 45 ਤੋਂ 50 ਕਿਲੋਗ੍ਰਾਮ ਵਰਤੋ। ਪਰ ਪਿਛਲੀ ਵਾਰ ਇੱਕ ਆਪਾਂ ਨਵਾਂ ਤਜਰਬਾ ਕੀਤਾ ਸੀ ਕਿ ਜਿਹੜੇ ਖੇਤਾਂ ਦੇ ਵਿੱਚ ਘੱਟ ਝਾੜ ਆਏ ਸੀ ਹੈਪੀ ਸੀਡਰ ਵਾਲੇ, ਪਿਛਲੇ 2 ਸਾਲਾਂ ਤੋਂ ਵਰਤ ਰਹੇ ਹਾਂ, ਮੈਂ ਵੀ ਇੱਕ ਵਾਰ ਏਰੀਆ ਘਟਾਤਾ ਸੀ, ਪਰ ਪਿਛਲਾ ਜਿਹੜਾ ਸਾਲ ਟੱਪਿਆ ਉਹਦੇ ਵਿੱਚ ਕਣਕਾਂ ਦੇ ਝਾੜ ਬਰਸਾਤਾਂ ਦੇ ਕਰਕੇ ਘਟੇ ਸੀਗੇ, ਪਰ ਹੈਪੀ ਸੀਡਰ ਵਾਲੀ ਕਣਕ ਦੇ ਝਾੜ ਉੱਥੇ ਹੀ ਸੀਗੇ, 60 ਤੋਂ 65 ਮਣ ਕਣਕਾਂ ਆਈਆਂ ਜੋ ਚੰਗੇ ਝਾੜ ਦੇ ਵਿੱਚ ਆਪਾਂ ਗਿਣਦੇ ਹਾਂ। ਪਰ ਜਿਹੜਾ ਸਮੱਸਿਆ ਸੀਗੀ ਕਿ ਇਹਦੇ ਵਿੱਚ ਪਲਾਂਟ ਪਾਪੂਲੇਸ਼ਨ ਨਾ ਘੱਟ ਹੋਵੇ, ਸੋ ਤੁਸੀਂ 8 ਤੋਂ ਲੈ ਕੇ 10 ਕਿਲੋ ਤੱਕ ਦਾ 3 ਘੰਟੇ ਭਿਉਂਤਾ ਹੋਇਆ ਬੀ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਮੂਹਰੇ ਛਿੱਟਾ ਲਾ ਦਿਓ। ਉਸ ਤੋਂ ਬਾਅਦ ਹੈਪੀ ਸੀਡਰ ਨਾਲ ਬਿਜਾਈ ਕਰਨਾ, ਅਤੇ ਬਿਜਾਈ ਕਰਨ ਵਾਲਾ ਹੈਪੀ ਸੀਡਰ ਆ ਜਿਹੜਾ ਉਹਦੇ ਪਿਛਲੇ ਪਾਸੇ ਪ੍ਰੈਸ ਵੀਲ ਲੱਗੇ ਹੋਣੇ ਜ਼ਰੂਰੀ ਆ, ਤਾਂ ਫਿਰ ਤੁਹਾਡੀ ਜਿਹੜੀ ਪਲਾਂਟ ਪਾਪੂਲੇਸ਼ਨ ਆ ਉਹ ਸਹੀ ਹੋਵੇਗੀ, ਪੌਦਿਆਂ ਦੀ ਸੰਖਿਆ ਘੱਟ ਨਹੀਂ ਹੋਵੇਗੀ। ਜਿਹੜਾ ਆਪਣਾ ਝਾੜ ਘਟਣ ਦੀ ਗੱਲ ਸੀ ਉਹ ਝਾੜ ਨਹੀਂ ਘਟੇਗੀ, ਅਤੇ ਸਹੀ ਸਮੇਂ 'ਤੇ ਬਿਜਾਈ ਹੋਊਗੀ। ਨਵੰਬਰ ਦੇ ਪਹਿਲੇ 15 ਦਿਨਾਂ ਦੇ ਵਿੱਚ ਜਿਹੜੀ ਬਿਜਾਈ ਹੁੰਦੀ ਆ ਉਹ ਬੈਸਟ ਆ, ਅਤੇ ਜਦੋਂ ਵੀ ਕਣਕ ਹੈਪੀ ਸੀਡਰ ਦੇ ਨਾਲ ਬੀਜੀ ਜਾਂਦੀ ਆ ਉਹ ਕਰੰਡ ਨਹੀਂ ਹੁੰਦੀ, ਮੇਨ ਗੱਲ। ਅਤੇ ਜਿਹੜੀਆਂ ਭਾਰੀਆਂ ਮਿੱਟੀਆਂ, ਚੀਕਣੀ ਮਿੱਟੀ ਆ, ਇਹਨਾਂ ਦੇ ਵਿੱਚ ਕਈ ਵਾਰ ਝਾੜ ਘੱਟ ਆਉਂਦਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਏਰੀਏ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕਣਕ ਬੀਜੀ ਹੋਈ ਨੇ, ਜ਼ਿਆਦਾ ਝਾੜ ਦਿੱਤਾ, ਕੁਝ ਏਰੀਆ ਦੇ ਵਿੱਚ ਗੱਠਾਂ ਬਣਨ ਦਾ ਪ੍ਰਬੰਧ ਹੈਗਾ, ਉੱਥੇ 0 ਡਿੱਲ ਜਾਂ ਰੋਟਾਵੇਟਰ ਦੇ ਨਾਲ ਕਣਕਾਂ ਬੀਜੀਆਂ ਜਾਂਦੀਆਂ, ਤਾਂ ਉੱਥੇ ਉਸ ਤਰੀਕੇ ਦੇ ਨਾਲ ਬੀਜਣਾ ਚਾਹੀਦੀਆਂ। ਕੋਈ ਵੀ ਤਰੀਕਾ ਆਲ ਰਾਊਂਡਰ ਨਹੀਂ ਹੈਗਾ, ਤੁਸੀਂ ਆਪਣੇ ਏਰੀਏ ਦੇ ਮੁਤਾਬਕ ਇਹ ਫੈਸਲੇ ਆਪ ਲੈਣੇ ਆ।
किसान वीरों वीर होर ने यह गल स्पष्ट की है भी आपां अपने एरिए हिसाब से डिसाइड करना पवेगा भी किहड़ा इंप्लीमेंट आ जिहड़ा पराली च बिजाई करन वास्ते बेस्ट है, जिहड़े संद जलंधर साइड ज़्यादा कारगर ने हो सकदा वो बठिंडे दे खेतां विच ज़्यादा वधिया रिजल्ट ना देण। बाकी साल दी साल जेकर आपां पराली नूं अपनी जमीन दे विच खपत करदे रहिंदे आ तां अपनी जमीन दी जिहड़ी उपजाऊ शक्ति है वह वधनी फुल एंड फाइनली हैगी। दोस्तों किवें दी लगी तुहानूं इह वीडियो सानूं कमेंट करके जरूर दस्सिओ, जेकर तुसीं यूट्यूब चैनल पर वीडियो देख रहे हो तो चैनल सबसक्राइब कर लियो, जो फेसबुक पर देख रहे हो तो उपर नीले कलर का बटन आ रहा है पेज में फॉलो जरूर कर लियो। धन्यवाद दोस्तों।